ਸੋ ਸੁਮੇਲ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਜਰ ਮੰਕਟ ਵੱਲੋਂ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸੋ ਤੁਸੀਂ ਦੁਨੀਆ ਭਰ ਵਿੱਚ ਇਸ ਪੋਡਕਾਸਟ ਨੂੰ ਵੇਖਦੇ ਹੋ, ਅਸੀਂ ਤੁਹਾਡੇ ਲਈ ਵੱਖੋ ਵੱਖਰੇ ਵਿਸ਼ਿਆਂ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਅੱਜ ਸਾਨੂੰ ਇਹ ਗੱਲ ਦੱਸਦੇ ਹਾਂ, ਬੜੀ ਹੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਨਾਮਦੇਵ ਸਿੰਘ ਸਿੱਧੂ ਸਾਹਿਬ, ਜਿਨ੍ਹਾਂ ਦਾ ਬੜਾ ਹੀ ਨਾਂ ਹੈ ਸਾਹਿਤ ਦੇ ਖੇਤਰ ਦੇ ਵਿੱਚ ਵੀ, ਖੋਜ ਦੇ ਖੇਤਰ ਦੇ ਵਿੱਚ ਵੀ, ਉਹ ਸਾਬਕਾ ਤਹਿਸੀਲਦਾਰ ਹਨ। ਅੱਜ ਉਹਨਾਂ ਤੋਂ ਆਪਾਂ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀਆਂ ਖੋਜਾਂ ਬਾਰੇ ਤੇ ਉਹਨਾਂ ਤੋਂ ਪੁੱਛਾਂਗੇ। ਤੋ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਸਿੱਧੂ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਜੀ। ਸੁਮੇਲ ਪੋਡਕਾਸਟ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਸਿੱਧੂ ਸਾਹਿਬ, ਜਿਸ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਆਪਾਂ ਦੱਸ ਹੀ ਚੁੱਕੇ ਹਾਂ ਕਿ ਤੁਹਾਡਾ ਬੜਾ ਨਾਮ ਹੈ, ਤੁਸੀਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਉਹ ਲਿਖੀਆਂ ਨੇ, ਤੋ ਵੱਖੋ ਵੱਖਰੇ ਵਿਸ਼ਿਆਂ ਤੇ ਹਨ। ਤੋ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ। ਪਹਿਲਾਂ ਤਾਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਤੁਹਾਡਾ ਇਲਾਕਾ ਕਿਹੜਾ ਹੈ ਤੇ ਤੁਸੀਂ ਐਜ਼ ਏ ਤਹਿਸੀਲਦਾਰ ਕਿੱਥੇ ਸਰਵਿਸ ਕਰਦੇ ਰਹੇ ਹੋ? ਮੈਂ ਜੰਪਲ ਲਹਿਰਾ ਮੁਹੱਬਤ ਦਾ ਹਾਂ ਜੀ, ਜਿਹੜਾ ਜ਼ਿਲ੍ਹਾ ਬਠਿੰਡਾ ਚ ਆਉਂਦਾ ਹੈ। ਸਰਵਿਸ ਮੈਂ ਅੱਧੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਲਗਭਗ ਕੀਤੀ ਹੈਗੀ ਹੈ, ਜਿਹਦੇ ਵਿੱਚੋਂ ਪਟਿਆਲਾ, ਮੇਰੀ ਫਸਟ ਪੋਸਟਿੰਗ ਵੀ ਪਟਿਆਲਾ ਸੀ, ਰਿਟਾਇਰਮੈਂਟ ਵੀ ਮੇਰੀ ਪਟਿਆਲਾ ਤੋਂ ਹੋਈ ਹੈ। ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ, ਮੁਕਤਸਰ, ਫਰੀਦਕੋਟ, ਬਠਿੰਡਾ, ਸੰਗਰੂਰ, ਬਰਨਾਲਾ, ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਕੰਮ ਕੀਤਾ ਹੈ ਤਹਿਸੀਲਾ। ਹਾਂਜੀ, ਤੇ ਸਿੱਧੂ ਸਾਹਿਬ, ਤੁਹਾਡਾ ਜਿਹੜਾ ਮਹਿਕਮਾ ਹੈ ਜਾਂ ਜਿਹੜਾ ਤੁਹਾਡਾ ਅਹੁਦਾ ਹੈ, ਉਹਦਾ ਲੇਖਣੀ ਨਾਲ ਕੋਈ ਸੰਬੰਧ ਨਹੀਂ, ਠੀਕ ਹੈ? ਆਪਾਂ ਬਹੁਤ ਸਾਰੇ ਜਿਹੜੇ ਐਡਮਿਨਿਸਟ੍ਰੇਟਰ ਦੇਖਦੇ ਹਾਂ ਤੇ ਕਈ ਵਾਰ ਉਹ ਲਿਖਤਾਂ ਖੋਜ ਕਰਨੀ ਇੱਧਰ ਨੂੰ ਨਹੀਂ ਆਉਂਦੇ, ਤੇ ਤੁਹਾਨੂੰ ਇਹ ਸ਼ੌਕ ਕਿਵੇਂ ਪੈਦਾ ਹੋ ਗਿਆ? ਮੈਨੂੰ ਇਹ ਬਚਪਨ ਤੋਂ ਹੀ ਸ਼ੌਕ ਸੀਗਾ ਜੀ, ਜਦੋਂ ਤੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ ਉਦੋਂ ਤੋਂ ਮੇਰੀ ਲਗਨ ਤੇ ਚਿਟਕ ਸੀਗੀ। ਉਸ ਤੋਂ ਬਾਅਦ 1975 ਦੇ ਵਿੱਚ ਮੈਂ ਪੱਤਰਕਾਰੀ ਦੇ ਨਾਲ ਜੁੜਿਆ। 1978 ਦੇ ਵਿੱਚ ਪੰਜਾਬੀ ਟ੍ਰਿਬਿਊਨ, ਜਗਬਾਣੀ, ਅਜੀਤ, ਇਹਨਾਂ ਵਾਸਤੇ ਮੈਂ ਲਿਖਦਾ ਰਿਹਾ। ਉਸ ਤੋਂ ਬਾਅਦ ਜਿਹੜਾ ਸੀ 1978 ਦੇ ਵਿੱਚ, ਮੇਰੇ ਮਨ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ। ਸਟੱਡੀ ਮੈਂ ਬਹੁਤ ਕੀਤੀ ਹੈ, 4500 ਤੋਂ ਵੱਧ ਕਿਤਾਬਾਂ ਸੀ ਸਾਡੇ ਰਾਮਪੁਰੇ ਫੂਲ ਦੀ ਲਾਇਬ੍ਰੇਰੀ ਦੇ ਵਿੱਚ, ਤੇ 3500 ਦੇ ਕਰੀਬ ਮੈਂ ਕਿਤਾਬਾਂ ਉਹਦੇ ਵਿੱਚੋਂ ਪੜ੍ਹੀਆਂ ਪੂਰੀ ਲਗਨ ਦੇ ਨਾਲ ਜੀ। ਤੇ ਉਸ ਤੋਂ ਬਾਅਦ ਮੇਰਾ ਜਿੱਥੇ ਮੇਰਾ ਮਨ ਹੁੰਦਾ ਸੀ ਉੱਥੇ ਮੈਂ ਉਹ ਮੈਂ ਸਰਵਿਸ ਵੀ ਕੀਤੀ ਵਾਹਵਾ ਚਿਰ। ਉਸ ਤੋਂ ਬਾਅਦ ਮੈਂ ਚਲਿਆ ਗਿਆ ਸ਼ਿਲੋਂਗ ਦੇ ਵਿੱਚ ਬੀਐਡ ਕਰਨ ਚਲਾ ਗਿਆ, ਉੱਥੇ ਨੌਰਥ ਈਸਟਰਨ ਹਿੱਲ ਯੂਨੀਵਰਸਿਟੀ ਦੇ ਵਿੱਚ ਬੀਐਡ ਕੀਤੀ। ਇੱਕ ਥਾਂ ਮੈਂ ਟਿਕਿਆ ਨਹੀਂ, ਕਿਤੇ ਯੂਨੀਵਰਸਿਟੀ ਆਫ ਰਾਜਸਥਾਨ ਤੋਂ ਮੈਂ ਪੋਲੀਟੀਕਲ ਸਾਇੰਸ ਦੀ ਐਮ ਏ ਕੀਤੀ, ਆਵਾ ਲੋਜ ਸ਼ਿਮਲਾ ਤੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਮੈਂ ਇੰਗਲਿਸ਼ ਦੀ ਐਮ ਏ ਕੀਤੀ। ਇਸ ਤੋਂ ਬਾਅਦ ਮੈਂ ਆਪਦੇ ਤਿੰਨ ਸਕੂਲ ਮੈਂ ਚਲਾਉਂਦਾ ਸੀਗਾ, ਉਦੋਂ ਨਾਲ ਦੀ ਨਾਲ ਮੈਂ ਪੱਤਰਕਾਰੀ ਵੀ ਕਰਦਾ ਸੀਗਾ। ਬਟ ਮੇਰੀ 6 ਜਗ੍ਹਾ ਦੇ ਉੱਤੇ ਸਿਲੈਕਸ਼ਨ ਹੋਈ ਐਸ ਐਸ ਬੋਰਡ ਦੇ ਵਿੱਚੋਂ। ਮੈਂ ਕਿਤੇ ਵੀ ਜਾਣ ਨੂੰ ਤਿਆਰ ਨਹੀਂ ਸੀ, ਮੈਨੂੰ ਜੁਆਇਨ ਜ਼ਬਰਦਸਤੀ ਕਰਾਇਆ ਗਿਆ, ਕਿਉਂਕਿ ਜਿਹੜਾ ਐਸ ਐਸ ਬੋਰਡ ਦਾ ਚੇਅਰਮੈਨ ਸੀ ਉਹ ਹਰਬੰਸ ਸਿੰਘ ਸਿੱਧੂ, ਉਹ ਸਾਡੇ ਵਿੱਚੋਂ ਹੀ ਸੀਗਾ। ਉਹ ਮੈਨੂੰ ਕਹਿੰਦਾ ਵੀ ਮੈਂ ਤੇਰੇ ਵਾਸਤੇ ਪੋਸਟਾਂ ਖਰਾਬ ਕਰੀ ਜਾਂਦਾ। ਮੈਂ ਉਹਨੂੰ ਕਿਹਾ ਵੀ ਮੈਂ ਮੈਰਿਟ ਦੇ ਵਿੱਚ ਆਉਣਾ, ਤੂੰ ਮੈਨੂੰ ਥਾਂ ਲੈਣਾ, ਜੇ ਮੈਂ ਉੱਥੇ ਨਹੀਂ ਜਾਂਦਾ ਤਾਂ ਮੇਰੀ ਥਾਂ ਦੇ ਉੱਤੇ ਕੋਈ ਹੋਰ ਐਡਜਸਟ ਹੋ ਜਾਂਦਾ ਜੀ, ਤੇ ਤੁਹਾਨੂੰ ਇਸ ਦੀ ਕੋਈ ਉਹ ਨਹੀਂ ਹੈ। ਤੇ ਮੈਂ ਉਹਨੇ ਫਿਰ ਮੈਨੂੰ ਜ਼ਬਰਦਸਤੀ ਉੱਥੇ ਜਾ ਕੇ ਜੁਆਇਨ ਕਰਾਤਾ, ਸਕੂਲ ਮੇਰੇ ਛੁੱਟ ਗਏ, ਪਰ ਲੇਖਣੀ ਨਾਲ ਮੇਰਾ ਉਵੇਂ ਜਿਵੇਂ ਜੁੜਿਆ ਰਿਹਾ ਕੰਮ। ਹਾਂਜੀ, ਤੇ ਤੁਹਾਡੀ ਪਹਿਲੀ ਕਿਤਾਬ ਕਿਹੜੀ ਸੀ ਤੇ ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿਤਾਬਾਂ ਨੇ ਜਿਹੜੀਆਂ ਆ ਚੁੱਕੀਆਂ ਨੇ? ਮੇਰੀ ਪਹਿਲੀ ਕਿਤਾਬ ਸੀ ਜੀ, ਛੋਟੀ ਜੀ ਬੁੱਕਲੈਟ ਸੀਗੀ, ਉਹਦਾ ਨਾਂ ਸੀ ਰੱਬ ਦਾ ਦੁਸ਼ਮਣ, ਉਹ ਪੋਇਟਰੀ ਬੁੱਕ ਸੀਗੀ ਇੱਕ ਤਰ੍ਹਾਂ ਦੀ, ਉਹ ਵਹਿਮਾਂ ਭਰਮਾਂ ਦੇ ਖਿਲਾਫ ਸੀ। ਹਾਂਜੀ, ਜਿਹੜੀ ਕਿ ਮਤਲਬ ਮੈਂ ਸ਼ੁਰੂ ਤੋਂ ਹੀ ਵਹਿਮਾਂ ਭਰਮਾਂ ਦੇ ਖਿਲਾਫ ਸੀਗਾ, ਇਸ ਕਰਕੇ ਮੈਂ ਮੇਰਾ ਪਹਿਲਾ ਸਬਜੈਕਟ ਇਹੀ ਸੀਗਾ। ਉਸ ਤੋਂ ਬਾਅਦ ਮੇਰੀਆਂ ਕਹਾਣੀਆਂ ਵਿਅੰਗ ਅਖਬਾਰਾਂ ਦੇ ਵਿੱਚ ਵੀ ਆਉਂਦੇ ਰਹੇ। ਉਹ ਤੋਂ ਬਾਅਦ ਜਦੋਂ ਮੈਂ ਇੱਧਰ ਮੈਂ ਆਪਦਾ ਡਿਪਾਰਟਮੈਂਟ ਇਲੈਕਸ਼ਨ ਚੁਣਿਆ ਜੀ, ਮੈਂ ਜਿਹੜਾ ਇਲੈਕਸ਼ਨ ਡਿਪਾਰਟਮੈਂਟ ਦੇ ਵਿੱਚ ਮੈਂ ਆਇਆ, ਕਿਉਂਕਿ ਮੈਨੂੰ ਇਹ ਸੀਗਾ ਵੀ ਇੱਧਰ ਲਿਖਣ ਲੁਖਣ ਨੂੰ ਟਾਈਮ ਮਿਲ ਜੂਗਾ ਜੀ। ਬਟ ਜੇ ਅੱਜ ਦਾ ਟਾਈਮ ਤੇ ਉਦੋਂ ਦਾ ਟਾਈਮ ਦੇਖੀ, ਉਦੋਂ ਤਾਂ ਬਿਲਕੁਲ ਸੀਗਾ ਟਾਈਮ ਖੈਰ, ਬਟ ਜਿਹੜਾ ਅੱਜ ਦਾ ਟਾਈਮ ਹੈ, ਹੁਣ ਇਲੈਕਸ਼ਨ ਡਿਪਾਰਟਮੈਂਟ ਕੋਲੇ ਜਿੰਨਾ ਕੰਮ ਹੈ ਇੰਨਾ ਕਿਸੇ ਡਿਪਾਰਟਮੈਂਟ ਕੋਲੇ ਹੈ ਨਹੀਂ ਜੀ। ਡੇਅਰ ਨਾਈਟ ਵਰਕ ਹੈਗਾ ਅੱਜ ਦੇ ਸਮੇਂ ਦੇ ਵਿੱਚ। ਪਰ ਮੇਰਾ ਜਿਹੜਾ
ਸਿਸਟਮ ਸੀ ਲਿਖਣ ਦਾ ਉਹ ਮੇਰਾ ਜ਼ਿਆਦਾਤਰ ਜਿਹੜੇ ਵਿਸ਼ੇ ਨੂੰ ਮੈਂ ਸੋਚ ਲੈਂਦਾ ਸੀ ਉਸੇ ਦੇ ਉੱਤੇ ਹੀ ਮੈਂ ਲਿਖਦਾ ਸੀਗਾ। ਮੈਂ ਜ਼ਬਰਦਸਤੀ ਨਹੀਂ ਲਿਖਿਆ, ਆਪ ਮੁਹਾਰੇ ਜਿਹੜੀ ਮੇਰੇ ਅੰਦਰੋਂ ਲਿਖਤ ਪੈਦਾ ਹੋਈ ਆ ਉਹੀ ਲਿਖਿਆ। ਹਾਂਜੀ, ਤੇ ਮੇਰਾ ਜਿਹੜਾ ਤੁਹਾਡੀ ਲਿਖਤ ਨਾਲ ਵਾਹ ਪਿਆ ਉਹ ਪਿਆ ਜ਼ਿਆਦਾ ਟਰੈਵਲ ਨਾਲ ਜੀ। ਇਲੈਕਸ਼ਨ ਬਾਰੇ ਤੁਸੀਂ ਕਿਤਾਬਾਂ ਲਿਖੀਆਂ ਨੇ, ਮੇਰਾ ਖਿਆਲ ਹੈ ਹੁਣ ਤੱਕ ਤੁਹਾਡੀਆਂ 16 ਦੇ ਕਰੀਬ ਕਿਤਾਬਾਂ ਮੇਰਾ ਖਿਆਲ ਹੈ ਛਪ ਚੁੱਕੀਆਂ ਨੇ। ਮੇਰੀਆਂ 12 ਕਿਤਾਬਾਂ ਹੈਗੀਆਂ। ਹਾਂਜੀ, 12 ਕਿਤਾਬਾਂ ਤੁਹਾਡੀਆਂ ਆ ਚੁੱਕੀਆਂ ਨੇ, ਜਿਹਦੇ ਵਿੱਚੋਂ ਮੈਂ 8 ਸਿਰਫ ਤੇ ਸਿਰਫ ਇਲੈਕਸ਼ਨ ਤੇ ਲਿਖੀਆਂ। 8 ਇਲੈਕਸ਼ਨ ਤੇ ਲਿਖੀਆਂ ਨੇ ਤੇ 8 ਤੁਹਾਡੇ ਖੋਜ ਤੇ ਨਾਮੇ ਨੇ। ਹਾਂਜੀ ਹਾਂਜੀ, ਇਹਨਾਂ ਦੇ ਵਿੱਚ ਵੀ ਮੇਰਾ ਰਿਸਰਚ ਵਰਕ ਸੀ। ਉਹ ਰਿਸਰਚ ਵਰਕ ਇਹ ਸੀ, ਪ੍ਰੋਫਾਈਲ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਇਤਿਹਾਸ ਦੇ ਵਿੱਚ ਕਿਸੇ ਡਿਸਟ੍ਰਿਕਟ ਦਾ ਜਾਂ ਜਿਹੜੀ ਲੈਜਿਸਲੇਟਿਵ ਅਸੈਂਬਲੀ ਕੰਸਟੀਚੁਐਂਸੀ ਦੀ ਪ੍ਰੋਫਾਈਲ ਸਭ ਤੋਂ ਪਹਿਲਾਂ ਮੈਂ ਬਣਾਉਣੀ ਸ਼ੁਰੂ ਕੀਤੀ ਜੀ, ਕਿਉਂਕਿ ਇਹ ਅਬਜ਼ਰਵਰ ਵਾਸਤੇ ਹੈਂਡਬੁੱਕ ਹੁੰਦੀ ਸੀ। ਹਾਂਜੀ, ਜੇ ਅਬਜ਼ਰਵਰ ਕਿਸੇ ਥਾਂ ਦੇ ਉੱਤੇ ਆ ਜਾਂਦਾ ਸੀ ਉਹ ਮਤਲਬ ਅਧਿਕਾਰੀਆਂ ਨੂੰ ਬੜਾ ਔਖਾ ਹੁੰਦਾ ਸੀ ਉਹਦੇ ਬਾਰੇ ਦੱਸਣਾ, ਕਿਉਂਕਿ ਉਹਨਾਂ ਨੂੰ ਪੂਰਾ ਪੂਰਾ ਦਿਨ ਲੱਗ ਜਾਂਦਾ ਸੀ ਦੱਸਣ ਤੇ ਜੀ ਵੀ ਇਸ ਹਲਕੇ 'ਚ ਸਾਡਾ ਇਹ ਹੈ ਜੀ, ਇਸ ਹਲਕੇ 'ਚ ਇਹ ਹੈ, ਇਸ 'ਚ ਇਹ ਹੈ। ਬਟ ਮੈਂ ਉਸਨੂੰ ਇੱਕ ਬੁੱਕਲੈਟ ਦੇ ਵਿੱਚ ਪ੍ਰਕਾਸ਼ਿਤ ਕੀਤਾ ਸੀਗਾ ਵੀ ਸਾਡੇ ਫਲਾਣੀ ਕੰਸਟੀਚੁਐਂਸੀ ਦੇ ਵਿੱਚ ਆਹ ਆਹ ਜਿਹੜੇ ਖੇਤਰ ਹੈਗੇ ਆ ਉਹ ਬਾਹਰਲੀਆਂ ਸਟੇਟਾਂ ਦਾ ਬਾਹਰਲੇ ਡਿਸਟ੍ਰਿਕਟ ਦੇ ਨਾਲ ਲੱਗਦੇ ਆ, ਜਿਹਦੇ ਵਿੱਚ ਇੰਨੇ ਇੰਨੇ ਪਟਵਾਰ ਸਰਕਲ ਆ, ਇੰਨੇ ਪੋਲਿੰਗ ਸਟੇਸ਼ਨ ਆ, ਇੰਨੇ ਵੋਟਰ ਆ, ਇੰਨੇ ਮੇਲ ਆ, ਇੰਨੇ ਫੀਮੇਲ ਆ, ਇੰਨੇ ਪਰਸੈਂਟ ਇਨਕਰੀਜ਼ ਹੁੰਦੀ ਹੈ, ਡੀਕਰੀਜ਼ ਹੁੰਦੀ ਹੈ, ਈਚ ਐਂਡ ਐਵਰੀਥਿੰਗ ਉਹਦੇ ਵਿੱਚ ਮੈਂ ਡਿਸਕ੍ਰਾਈਬ ਕੀਤੀ ਸੀ। ਹਾਂਜੀ, ਈਵਨ ਜੇ ਕਿਤੇ ਰੌਲਾ ਪੈ ਜਾਂਦਾ ਹੈਗਾ ਤਾਂ ਉਹਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਕਿਹਨੇ ਸੰਭਾਲਣੀ ਹੈਗੀ ਹੈ, ਉਹਦੇ ਨੇੜਲਾ ਹੋਸਪਿਟਲ, ਉਹਦੇ ਨੇੜਲਾ ਫਾਇਰ ਬ੍ਰਿਗੇਡ, ਉਹਦੇ ਨੇੜਲਾ ਪੁਲਿਸ ਸਟੇਸ਼ਨ, ਈਚ ਐਂਡ ਐਵਰੀਥਿੰਗ ਵਾਜ਼ ਡਿਪਿਕਟਡ ਇਨ ਦੈਟ ਵੈਰੀ ਪ੍ਰੋਫਾਈਲ। ਹਾਂਜੀ, ਤਾਂ ਸਿੱਧੂ ਸਾਹਿਬ ਆਪਾਂ ਇਸ ਤੇ ਇੱਕ ਪੂਰਾ ਪ੍ਰੋਗਰਾਮ ਹੈ ਜਿਹੜਾ ਤੁਹਾਡਾ ਜਿਹੜਾ ਇਲੈਕਸ਼ਨ ਨਾਲ ਸੰਬੰਧ ਰਿਹਾ ਜਾਂ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਸਾਰਾ ਕੁਝ ਚੱਲਦਾ, ਇਹਦੇ ਤੇ ਆਪਾਂ ਇੱਕ ਵੱਖਰਾ ਪ੍ਰੋਗਰਾਮ ਹੋਰ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਜ਼ਿਆਦਾ ਫੋਕਸ ਕਰਾਂਗੇ ਜਿਹੜੀਆਂ ਤੁਸੀਂ ਇਤਿਹਾਸ ਸੰਬੰਧੀ ਤੇ ਸਫ਼ਰਨਾਮਿਆਂ ਸੰਬੰਧੀ ਕਿਤਾਬਾਂ ਲਿਖੀਆਂ, ਤੇ ਇੱਕ ਤੁਹਾਡੀ ਕਿਤਾਬ ਸੀ ਸਿੱਧੂ ਬਰਾੜਾ ਦਾ ਜਿਹੜਾ ਇਤਿਹਾਸ ਆ ਉਹਦੇ ਬਾਰੇ। ਹਾਂਜੀ ਹਾਂਜੀ ਹਾਂਜੀ, ਤੇ ਇੱਕ ਤੁਸੀਂ ਜਿਹੜਾ ਹੈਗਾ ਆਪਣੇ ਜਿਹੜੇ 40 ਮੁਕਤੇ ਨੇ ਉੱਥੇ ਤੁਹਾਡਾ ਕੰਮ ਸੀ ਤਾਂ ਉਸ ਤੇ ਵੀ ਤੁਹਾਡੀ ਕਿਤਾਬ ਸੀ। ਸੋ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਇਹ ਸਾਂਝ ਪਾਓ ਕਿ ਤੁਹਾਡੀਆਂ ਇਤਿਹਾਸ ਤੇ ਖੋਜ ਦੀਆਂ ਕਿੰਨੀਆਂ ਕਿਤਾਬਾਂ ਨੇ ਅਤੇ ਕਿੰਨੇ ਸਫ਼ਰਨਾਮੇ ਨੇ। ਇਹ ਜਿਹੜਾ ਸਫ਼ਰਨਾਮਾ ਜੀ ਇੱਕ ਸੀ 2004 ਦੇ ਵਿੱਚ ਜਿਹੜਾ ਸੀਗਾ, 2003 ਦੇ ਵਿੱਚ ਅਸੀਂ ਲੇਹ ਲਦਾਖ ਦਾ ਟੂਰ ਕੀਤਾ ਫਸਟ ਟਾਈਮ। ਹਾਂਜੀ, ਉਦੋਂ ਬਾਅਦ 7 ਅਸੀਂ ਫਿਰ ਕੀਤਾ ਲੇਹ ਲਦਾਖ ਦਾ ਮੋਟਰਸਾਈਕਲਾਂ ਦੇ ਉੱਤੇ ਟੂਰ ਕੀਤਾ। ਅੱਛਾ, ਅੱਜ ਕੱਲ੍ਹ ਤਾਂ ਲੋਕ ਲੈ ਕੇ ਆਪਣਾ ਟਾਟਾ ਸਫਾਰੀ ਜਾ ਵੜਦੇ ਆ ਜਾਂ ਇਸ ਤਰ੍ਹਾਂ ਦਾ ਕੋਈ ਨਾ ਕੋਈ ਲੈ ਕੇ ਜਾ ਵੜਦੇ ਆ ਗੱਡੀ, ਤੇ ਅੱਜ ਰਸਤਾ ਬਹੁਤ ਸੌਖਾ ਹੈ। ਉਸ ਟਾਈਮ ਦੇ ਉੱਤੇ 800 ਕਿਲੋਮੀਟਰ ਦੇ ਕਰੀਬ ਬਿਲਕੁਲ ਜਾਂ ਤਾਂ ਕੱਚਾ ਸੀ ਜਾਂ ਰਗੜ ਟੈਰੇਨ ਸੀ ਜਾਂ ਉਹ ਚਿੱਕੜ ਵਾਲੀ ਸੀਗੀ ਜਾਂ ਬਰਫੀਲਾ ਰਸਤਾ ਸੀ। 800 ਕਿਲੋਮੀਟਰ ਦੇ ਕਰੀਬ ਉਹ ਏਰੀਆ ਸੀਗਾ। ਸਾਡੇ ਲੋਕ ਕੀ ਸਮਝਦੇ ਆ, ਜਿਹੜਾ ਬੰਦਾ ਬਾਹਰਲਾ ਵੀ ਹੈ ਚਾਹੇ ਸਾਡੇ ਇੰਡੀਆ ਦੇ ਵਿੱਚ ਵੀ ਹੈ, ਉਹ ਇਹ ਸਮਝਦਾ ਸੀ ਵੀ ਪਹਾੜੀ ਇਲਾਕਾ ਜਿਹੜਾ ਹੈਗਾ ਉਹ ਸਿਰਫ ਸ਼ਿਮਲਾ ਤੱਕ ਜਾਂ ਮਨਾਲੀ ਤੱਕ ਹੀ ਹੈ, ਇਹ ਤੋਂ ਅੱਗੇ ਕੁਛ ਨਹੀਂ, ਕਿਉਂਕਿ ਇਹ ਈਜ਼ੀ ਟਰੈਵਲ ਸੀ ਇੱਥੇ ਤੱਕ, ਸੁੰਦਰ ਦ੍ਰਿਸ਼ ਦਿੰਦੇ ਸੀ ਜੀ। ਬਟ ਨਾ ਤਾਂ ਕਿਸੇ ਨੇ ਇੰਟੀਰੀਅਰ ਹਿਮਾਚਲ ਦੇਖਿਆ। ਹਾਂਜੀ, ਇਹਨੂੰ ਅਸੀਂ ਇੰਟੀਰੀਅਰ ਹਿਮਾਚਲ ਮੈਂ ਤਾਂ ਗਿਣਦਾ ਨਹੀਂ ਹਾਂ, ਨਾ ਇੰਟੀਰੀਅਰ ਹਿਮਾਚਲ ਦੇਖਿਆ ਨਾ ਹੀ ਇਹਨਾਂ ਨੇ ਕੋਈ ਹਿਮਾਲਿਆ ਦਾ ਦੂਜਾ ਕੋਈ ਪਾਰਟ ਦੇਖਿਆ ਜੀ। ਜੇ ਅਸੀਂ ਮਨਾਲੀ ਤੋਂ ਅੱਗੇ ਜਾਂਦੇ ਹਾਂ ਜਾਂ ਰੋਹਤਾਂਗ ਤੋਂ ਇਸ ਤੋਂ ਅੱਗੇ ਰੋਹਤਾਂਗ ਤੋਂ ਅੱਗੇ ਜਾਂਦੇ ਹਾਂ ਜਾਂ ਸ਼ਿਮਲਾ ਤੋਂ ਅੱਗੇ ਜਾਂਦੇ ਹਾਂ, ਅਸਲੀ ਜਿਹੜਾ ਨਜ਼ਾਰਾ ਹੈ ਤੇ ਅਸਲੀ ਐਡਵੈਂਚਰ ਟੂਰ ਅੱਗੇ ਦਾ ਹੈ, ਉਦੋਂ ਪਿੱਛੇ ਦਾ ਕੁਛ ਨਹੀਂ ਹੈ। ਹਾਂਜੀ, ਪਰ ਤੁਸੀਂ ਮੋਟਰਸਾਈਕਲ ਲੈ ਕੇ ਗਏ ਤਾਂ ਉਹ ਰਸਤਾ ਵੀ ਇੰਨਾ ਸੇਫ ਨਹੀਂ ਸੀਗਾ, ਤੇ ਮੋਟਰਸਾਈਕਲਾਂ ਤੇ ਤਾਂ ਆਪਾਂ ਸਮਾਨ ਵੀ ਜ਼ਿਆਦਾ ਨਹੀਂ ਰੱਖ ਸਕਦੇ, ਟਰੈਵਲਿੰਗ ਦੇ ਵਿੱਚ ਤੁਹਾਨੂੰ ਸਮਾਨ ਵੀ ਚਾਹੀਦਾ, ਜ਼ਰੂਰਤਾਂ ਕੋਈ ਥੋੜਾ ਜਿਹਾ ਦੱਸੋਗੇ? ਮੈਨੂੰ ਬੜਾ ਅਜੀਬ ਜਿਹਾ ਲੱਗਦਾ ਕਿ ਇੰਨੀ ਦੂਰ ਤੁਸੀਂ ਮੋਟਰਸਾਈਕਲਾਂ ਤੇ ਗਏ, ਸੋ ਰਸਤੇ ਵਿੱਚ ਮੋਟਰਸਾਈਕਲ ਖਰਾਬ ਵੀ ਹੋ ਸਕਦਾ, ਉਹਨੂੰ ਪੰਕਚਰ ਵੀ ਹੋ ਸਕਦਾ, ਤੇ ਹੋਰ ਤੁਹਾਡੇ ਰਾਤ ਰਹਿਣ ਦੇ ਲਈ ਵੀ ਮੁਸ਼ਕਲ ਆਈਆਂ ਹੋਣਗੀਆਂ। ਕਿੰਨਾ ਕੁ ਸਮਾਨ ਤੁਸੀਂ ਲੈ ਕੇ ਜਾਂਦੇ ਸੀ? ਤੇ ਤੁਸੀਂ ਹੈਰਾਨ ਹੋਵੋਗੇ ਜੀ, ਸਾਡੇ ਮੋਟਰਸਾਈਕਲ ਦੇ ਉੱਤੇ ਘੱਟੋ ਘੱਟ 50 ਵਜ਼ਨ ਸੀਗਾ। ਜਦੋਂ ਅਸੀਂ ਲੈ ਕੇ ਚੱਲੇ ਸੀ ਉਦੋਂ ਤਾਂ ਸਾਨੂੰ ਆਇਆ ਸੀਗਾ ਵੀ ਬਸ ਜਾਣਾ ਹੀ ਆਇਆ ਸੀ। ਫਸਟ ਟਾਈਮ ਜਦੋਂ ਮੈਂ 2002 ਦੇ ਵਿੱਚ ਇੱਥੇ ਗਿਆ ਰੋਹਤਾਂਗ ਗਿਆ ਤੇ ਮੈਂ ਦੇਖਿਆ, ਮੈਂ ਕਿਹਾ ਵੀ ਇਦੋਂ ਅੱਗੇ ਕੋਈ ਨਹੀਂ ਜਾ ਰਿਹਾ, ਕਾਰਨ ਕੀ ਹੈ? ਫਿਰ ਮੇਰੇ ਨਾਲ ਮੇਰੇ ਦੋਸਤ ਸੀਗੇ ਰਜੀਤ ਪਰਾਸ਼ਰ, ਉਹ DTO ਵੀ ਸੀ ਸਾਡੇ ਮੁਕਤਸਰ ਦੇ ਵਿੱਚ, ਉਹਨਾਂ ਨਾਲ ਮੈਂ ਗੱਲ ਕੀਤੀ, ਉਹ ਕਹਿੰਦੇ ਵੀ ਰੋਹਤਾਂਗ
तक मैं मिनी बस लेके गया। अच्छा ओ भी बहुत अच्छे ड्राइवर है, एडवेंचरस ड्राइवर है, डरन वाले नहीं हैं। बाकी ਉਹਨਾਂ ਦਾ ਜਿਹੜੀ ਡਰਾਈਵਿੰਗ ਸੈਂਸ ਉਹਨਾਂ ਨੂੰ ਬਹੁਤ ਜ਼ਿਆਦਾ ਹੈ। ਹਾਂਜੀ ਤੇ ਫਿਰ ਤੁਸੀਂ ਇਹਦੇ ਬਾਰੇ ਜਦੋਂ ਤੁਸੀਂ ਇਹ ਟ੍ਰੈਵਲ ਕੰਪਲੀਟ ਕਰ ਲਿਆ ਇਹਦੇ ਬਾਰੇ ਕਿਤਾਬ ਲਿਖੀ? ਹਾਂਜੀ ਹਾਂ, ਟ੍ਰੈਵਲ ਕੰਪਲੀਟ ਕਰਨ ਦੇ ਬਾਅਦ ਸਾਨੂੰ ਇੱਕ ਹੋਰ ਸ਼ੱਕ ਪੈ ਗਿਆ ਵੀ ਅਸੀਂ ਵੈਬਸਾਈਟ ਬਣਾ ਰਹੇ ਸੀ ਉਦੋਂ। ਹਾਂਜੀ ਉਹਦਾ ਨਾਂ ਰੱਖਿਆ ਸੀ ਡ੍ਰੀਮਲੈਂਡ ਆਫ ਰਾਜੀਵ ਐਂਡ ਨਾਮਦੇਵ .com। ਅੱਛਾ ਇਹ 8 ਸਾਲ ਚੱਲੀ ਇਹ। ਹਾਂਜੀ ਇਹਨੂੰ ਅਸੀਂ ਮਤਲਬ ਦੇਖਦੇ ਰਹੇ ਉਹਦੇ ਵਿੱਚ ਫੋਟੋਗ੍ਰਾਫਸ ਵੀ ਪਾਈਆਂ, ਸਾਡਾ ਈਚ ਐਂਡ ਐਵਰੀਥਿੰਗ ਟੂਰ ਦੀ ਅਸੀਂ ਉਹਦੇ ਵਿੱਚ ਪਾਈ। ਹਾਂਜੀ ਬਟ ਉਹ ਵੀ ਅਸੀਂ ਇਮੀਡੀਏਟ ਸਭ ਤੋਂ ਪਹਿਲਾਂ ਸਾਡੀ ਵੈਬਸਾਈਟ ਤਿਆਰ ਕਰਨ ਵਾਲੀ ਸਾਡੀ ਸਭ ਤੋਂ ਪਹਿਲੀ ਜਿਹੜੀ ਅਸੀਂ ਇਹ ਤਿਆਰ ਕੀਤੀ ਹੈ ਕੁਛ ਦਿਨਾਂ 'ਚ ਹੀ ਅਸੀਂ ਤਿਆਰ ਕਰਤੀ। ਹਾਂਜੀ ਕਿਉਂਕਿ ਸਾਨੂੰ ਇਹ ਡਰ ਹੋ ਗਿਆ ਸੀਗਾ ਵੀ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਕਿਸੇ ਨੇ ਹੈਕ ਕਰ ਲਈ ਤੇ ਕੋਈ ਪਹਿਲਾਂ ਨਾ ਪਾ ਦੇਵੇ। ਹਾਂਜੀ ਤੇ ਹੁਸੈਨ ਬਾਗਾ ਦੇ ਮਹਿਮਾਨ ਇਹਦੇ ਬਾਰੇ ਥੋੜਾ ਜਿਹਾ ਦੱਸੋ। ਇਹ ਉਸੇ ਦੇ ਉੱਤੇ ਹੀ ਆਧਾਰਿਤ ਹੈ ਜੀ, ਇਸੇ ਟੂਰ ਦੇ ਉੱਤੇ ਆਧਾਰਿਤ ਹੈ। ਹਾਂਜੀ ਇਹਦੇ ਵਿੱਚ ਜਿਹੜਾ ਸੀ ਜਿਹੜੇ ਮੇਰੇ ਇਲੈਕਸ਼ਨ ਕਮਿਸ਼ਨ ਨੇ ਮੇਰੀ ਡਿਊਟੀ ਲਾਈ ਸੀਗੀ ਹਿਮਾਚਲ ਪ੍ਰਦੇਸ਼ ਦੇ ਅਫਸਰਾਂ ਨੂੰ ਟ੍ਰੇਨਿੰਗ ਦੇਣ ਦੀ, ਉਹ ਸਾਰੇ ਇਲਾਕੇ ਵਿੱਚ ਮੈਂ ਸ਼ਾਮਿਲ ਕੀਤੇ। ਉਸ ਤੋਂ ਬਿਨਾਂ ਜਿਹੜਾ ਸੀ ਮੋਟਰਸਾਈਕਲ ਦੀਆਂ ਜਿਹੜੇ ਸਾਡੇ ਸਾਡਾ ਟੂਰ ਸੀਗਾ ਇਹ ਵੀ ਮੈਂ 2004 ਦੇ ਵਿੱਚ ਹੀ ਬੁੱਕ ਕੰਪਲੀਟ ਕਰਤੀ। ਬੜੇ ਥੋੜੇ ਟਾਈਮ ਦੇ ਵਿੱਚ ਇਹ ਮੇਰੀਆਂ ਦੋਨੇ ਚੀਜ਼ਾਂ ਕੰਪਲੀਟ ਹੋਈਆਂ ਕਿਉਂਕਿ ਇਹ ਚੀਜ਼ਾਂ ਅਸੀਂ ਦੇਖਿਆ ਹੋਇਆ ਸੀ, ਏਰੀਆ ਦੇਖਿਆ ਹੋਇਆ ਸੀ। ਇਹ ਜਦੋਂ ਅਸੀਂ ਗਏ ਹਾਂ ਉਦੋਂ ਪਹਿਲਾਂ ਇਹਦਾ ਕੋਈ ਮੈਪ ਨਹੀਂ ਸੀ, ਇਹ ਨਹੀਂ ਸੀ ਪਤਾ ਹੁੰਦਾ ਕਿਸੇ ਨੂੰ ਵੀ ਇਸ ਤੋਂ ਅਗਲਾ ਪਿੰਡ ਕਿਹੜਾ ਆਊ ਜਾਂ ਇਸ ਤੋਂ ਅਗਲਾ ਥਾਂ ਕਿਹੜੀ ਆਊਗੀ। ਕਿਉਂਕਿ 1990 ਤੱਕ ਮਿਲਟਰੀ ਦਾ ਏਰੀਆ ਸੀ, ਕਿਸੇ ਨੂੰ ਰਿਸਟ੍ਰਿਕਟਡ ਸੀਗਾ, ਇਹ ਕਿਸੇ ਨੂੰ ਜਾਣ ਦੀ ਆਗਿਆ ਹੈਗੀ ਸੀ। ਹੌਲੀ ਹੌਲੀ ਲੋਕ ਜਾਣੇ ਸ਼ੁਰੂ ਹੋਏ ਤੇ ਅਸੀਂ ਫਸਟ 2 ਗਸਟਡ ਆਫਿਸਰ ਸੀਗੇ ਜਿਹੜੇ ਮੋਟਰਸਾਈਕਲ ਦੇ ਉੱਤੇ ਲੇਹ ਤੇ ਲਦਾਖ ਤੱਕ ਅਸੀਂ ਜਾ ਕੇ ਆਏ। ਹੁਣ ਲਦਾਖ ਨੂੰ ਲੋਕ ਅੱਜ ਵੀ ਲੋਕਾਂ ਦੇ ਵਿੱਚ ਇੱਕ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣੀ ਚਾਹੁੰਦਾ, ਲਦਾਖ ਨੂੰ ਅੱਜ ਵੀ ਲੋਕ ਇਹ ਸੋਚਦੇ ਆ ਵੀ ਲਦਾਖ ਕਿਸੇ ਸ਼ਹਿਰ ਦਾ ਨਾਂ ਹੈ। ਬਿਲਕੁਲ ਲੇਹ ਹੈਡਕੁਆਟਰ ਹੈ ਲਦਾਖ ਦਾ। ਹਾਂਜੀ ਇਹ ਲਦਾਖ 2 ਚੀਜ਼ਾਂ ਤੋਂ ਬਣਿਆ, ਲੱਦ ਐਂਡ ਦਾਖ, ਦੋਨੇ ਤਿੱਬਤੀ ਸ਼ਬਦ ਹੈ। ਅੱਛਾ ਲੱਦ ਦਾ ਮਤਲਬ ਲੈਂਡ, ਦਾਖ ਦਾ ਮਤਲਬ ਆਫ ਪਾਸਸ, ਲੈਂਡ ਆਫ ਪਾਸ। ਜਿੱਥੇ ਇੱਕ ਥਾਂ ਤੋਂ ਦੂਜੇ ਥਾਂ ਜਾਣ ਵਾਸਤੇ ਤੁਹਾਨੂੰ ਪਾਸ ਕਲੀਅਰ ਕਰਨਾ ਹੀ ਪੈਣਾ, ਪਹਾੜੀ ਜਿਹੜਾ ਰਸਤਾ ਹੈਗਾ, ਪਹਾੜੀ ਉਚਾਈਆਂ ਵਾਲਾ ਰਸਤਾ, 10,000 ਤੋਂ ਉੱਚੀ ਜਿਹੜੀ ਜਗ੍ਹਾ ਵਾਲਾ ਰਾਹ ਹੈਗਾ, 10,000 ਫੁੱਟ ਤੋਂ ਉੱਚੀ ਜਗ੍ਹਾ ਵਾਲਾ ਸਮੁੰਦਰੀ ਤਲ ਤੋਂ, ਉਹਨੂੰ ਅਸੀਂ ਪਾਸ ਗਿਣਦੇ ਹਾਂ। ਵਾਹ, ਇਹ ਨਵੀਂ ਜਾਣਕਾਰੀ ਸਾਡੇ ਦਰਸ਼ਕਾਂ ਲਈ ਵੀ ਨਵੀਂ ਜਾਣਕਾਰੀ ਹੈ ਤੇ ਮੇਰੇ ਲਈ ਵੀ ਨਵੀਂ ਜਾਣਕਾਰੀ ਹੈ। ਹਾਂਜੀ ਪਲੇਨ ਰਸਤਾ ਉਹ ਪਾਸ ਨਹੀਂ ਹੈ, ਜਿਸ ਤਰ੍ਹਾਂ ਲੇਹ 10,000 ਫੁੱਟ ਦੀ ਉਚਾਈ ਤੇ ਹੈ। ਹਾਂਜੀ ਉਹ ਪਾਸ ਨਹੀਂ ਹੈ, ਜਦੋਂ ਅਸੀਂ 10,000 ਦੀ ਫੁੱਟ ਦੀ ਉਚਾਈ ਤੋਂ ਅਗਲੇ ਕਿਸੇ ਨੀਵੇਂ ਥਾਂ ਦੇ ਵਿੱਚ ਜਾਂਦੇ ਹਾਂ ਉਹ ਉਦੋਂ ਪਾਸ ਹੈ, ਉਦੋਂ ਪਾਸ ਬਣਦਾ। ਹਾਂਜੀ ਤੇ ਹਾਂਜੀ ਤੇ ਜਿਹੜੀਆਂ ਤੁਹਾਡੀਆਂ ਖੋਜ ਦੀਆਂ ਕਿਤਾਬਾਂ ਹੈਗੀਆਂ 2, ਸਿੱਧੂ ਬਰਾੜਾ ਦਾ ਇਤਿਹਾਸ ਤੇ ਜਿਹੜਾ 40 ਮੁਕਤਿਆਂ ਬਾਰੇ ਤੁਸੀਂ ਕਿਤਾਬ ਹੈਗੀ ਆ, ਇਹਨਾਂ ਬਾਰੇ ਥੋੜਾ ਜਿਹਾ ਦੱਸੋ। ਹਾਂ ਇਹਦੇ ਬਾਰੇ ਵੀ ਮੈਂ ਦੱਸਦਾ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਇਸ ਟੂਰ ਦੇ ਦੌਰਾਨ ਅਸੀਂ ਜਿਹੜੀ ਹਾਈਐਸਟ ਮੋਟਰ ਹਾਈਐਸਟ ਆਪਣਾ ਪਾਸ ਹੈਗਾ, ਉਹ ਵਰਲਡ ਦਾ ਹਾਈਐਸਟ ਪਾਸ ਹੈ, ਉਹ ਹੈਗਾ ਖਰਦੁੰਗਲਾ। ਉਹ ਖਰਦੁੰਗਲਾ ਵੀ ਅਸੀਂ ਕਲੀਅਰ ਕੀਤਾ, ਉਸ ਤੋਂ ਸੈਕਿੰਡ ਹਾਈਐਸਟ ਪਾਸ ਹੈ ਜਿਹੜਾ ਉਹ ਵੀ ਅਸੀਂ ਕਲੀਅਰ ਕੀਤਾ, ਉਹ ਤੰਗ ਲਗਲਾ ਹੈ। ਸੈਕਿੰਡ ਲਾਰਜੈਸਟ ਪਾਸ ਆਫ ਦੀ ਵਰਲਡ ਜਿਹੜਾ ਹੈਗਾ ਉਹ ਹੈਗਾ ਉਹਨੂੰ ਭਰਤਪੁਰ ਸਿਟੀ ਵੀ ਕਹਿ ਦਿੰਦੇ ਹੈ ਜਾਂ ਲਾਚੂ ਲੁੰਗਲਾ ਕਹਿ ਦਿੰਦੇ ਹਾਂ ਅਸੀਂ। ਹਾਂਜੀ ਇਹ ਅਸੀਂ ਕਲੀਅਰ ਕੀਤੇ 1 ਨੰਬਰ ਤੋਂ ਲੈ ਕੇ 6 ਨੰਬਰ ਤੱਕ ਜਿਹੜੇ ਹਾਈਐਸਟ ਪਾਸਿਸ ਆ ਉਹ ਇਹਨਾਂ ਟੂਰਾਂ ਦੌਰਾਨ ਅਸੀਂ ਕਲੀਅਰ ਕੀਤੇ ਤੇ 7 ਟੂਰ ਕੀਤੇ ਬਾਰ ਬਾਰ। ਬਹੁਤ ਅੱਛਾ। ਕਾਮਨ ਰੇਸਿਸ ਦੀ ਟਰੇਸ ਵਾਸਤੇ ਵੀ ਅਸੀਂ ਇਹਨਾਂ ਥਾਵਾਂ ਦੇ ਉੱਤੇ ਜਾਂਦੇ ਰਹੇ। ਹਾਂਜੀ ਕਿਉਂਕਿ ਸਿੱਧੂ ਬਰਾੜਾ ਦਾ ਨਿਕਾਸ ਤੇ ਵਿਕਾਸ ਜਿਹੜਾ ਸੀ ਆਰੀਅਨ ਦੇ ਨਾਲ ਜੁੜਦਾ ਸੀ, ਉਹ ਆਰੀਅਨ ਪੀਪਲ ਹੈ ਜਿਹੜੇ ਉਹ ਦਾ ਹਨੂ ਗ੍ਰੀਕੋਮ ਇਹ ਏਰੀਆ ਜਿਹੜੇ ਹੈ ਬਟਾਲਿਕ ਸੈਕਟਰ ਦੇ ਨਾਲ ਲੱਗਦੇ ਹੈ, ਪਾਕਿਸਤਾਨ ਦੇ ਨਾਲ ਨੇ, ਕਾਰਗਿਲ ਤੋਂ ਹੈਗੇ ਆ 200 ਕਿਲੋਮੀਟਰ ਤੇ ਨੇ ਪਾਕਿਸਤਾਨ ਵਾਲੇ ਪਾਸੇ ਨੂੰ, ਤੇ ਉਹ ਤਾਂ ਕਾਰਗਿਲ ਨਾਲ ਹੀ ਲੱਗ ਜਾਂਦਾ ਪਾਕਿਸਤਾਨ ਦੇ, ਬਟ ਇਹ ਪਹਾੜੀ ਏਰੀਆ ਕਰਕੇ ਉਹਦੇ ਪੈਰਲਲ ਜਾਂਦਾ ਪਾਕਿਸਤਾਨ ਦੇ, ਜਿਹੜੇ ਪਾਕਿਸਤਾਨ ਦੀ ਜਿਹੜੀ ਕੰਟਰੋਲ ਲਾਈਨ ਹੈ ਉਹਦੇ ਪੈਰਲਲ ਜਾਂਦਾ ਰਸਤਾ ਇਹ।
ਉੱਥੇ ਜਾ ਕੇ ਉਹਨਾਂ ਥਾਵਾਂ ਨੂੰ ਅਸੀਂ ਦੇਖਿਆ ਕਵਰ ਕੀਤਾ। ਤੇ ਹੁਣ ਇਤਿਹਾਸਕ ਜਿਹੜੀਆਂ ਪੁਸਤਕਾਂ ਦੀ ਗੱਲ ਕਰਦੇ ਹਾਂ ਆਪਾਂ, ਇਹ ਦੋ ਪੁਸਤਕਾਂ ਮੇਰੀਆਂ ਹੈਗੀਆਂ ਜਿਹੜੀਆਂ, ਇੱਕ ਤਾਂ ਹੈਗੀ ਹੈ, ਇੱਕ ਤਾਂ ਸੀਗੀ ਇਹ ਮੁਕਤੇ ਮੁਕਤੀਸਰ ਤੇ ਮੁਕਤਸਰ ਦਾ ਦੇ ਸ਼ਹੀਦ ਜੀ, ਮੁਕਤੇ 40 ਮੁਕਤਿਆਂ ਨੂੰ ਅਸੈਂਬਲ ਕਰਦੀ ਹੈ, ਮੁਕਤੇ ਮੁਕਤੀਸਰ, ਮੁਕਤੀਸਰ ਜਿਹੜਾ ਹੈ ਉਹ 40 ਮੁਕਤਿਆਂ ਦਾ ਜਿਹੜਾ ਸਰੋਵਰ ਦੇ ਨਾਂ ਨਾਲ ਉਹਨੂੰ ਮੁਕਤੀਸਰ ਹੈ, ਅਤੇ ਮੁਕਤਸਰ ਦੇ ਸ਼ਹੀਦ, ਉਦੋਂ ਬਾਅਦ ਮੁਕਤੀਸਰ ਤੋਂ ਬਾਅਦ ਮੁਕਤਸਰ ਬਣ ਜਾਂਦਾ ਹੈ। ਉਹ ਮੁਕਤਸਰ ਦੇ ਜਿੰਨੇ ਵੀ ਸ਼ਹੀਦ ਉੱਥੇ ਹੋਏ ਹੈ ਜੰਗਾਂ ਦੇ ਦੌਰਾਨ, 40 ਮੁਕਤਿਆਂ ਤੋਂ ਇਲਾਵਾ ਜਿਹੜੇ ਹੋਰ ਜੰਗੀ ਸ਼ਹੀਦ ਹੋਏ ਆ, ਉਹਦੇ ਵਿੱਚ ਸਿੱਧੂ ਬਰਾੜ ਬਹੁਤ ਜ਼ਿਆਦਾ ਸੀਗੇ, ਬਟ ਜਿਹੜੇ ਇਤਿਹਾਸਕਾਰ ਸੀ ਉਹਨਾਂ ਨੇ ਉਸ ਵੇਲੇ ਬੇਈਮਾਨੀ ਕੀਤੀ ਹੈ, ਕਿਉਂਕਿ ਮਾਲਵੇ ਦੇ ਲੋਕ ਘੱਟ ਪੜ੍ਹੇ ਲਿਖੇ ਸੀਗੇ, ਉਹਨਾਂ ਨੇ ਜ਼ਿਆਦਾਤਰ ਮਾਝੇ ਨੂੰ ਲਿਆ। ਸਾਡੇ ਵਾਸਤੇ ਮਾਝਾ ਵੀ ਉਹੀ ਹੈ, ਮਾਲਵਾ ਵੀ ਉਹੀ ਹੈ, ਦੁਆਬਾ ਵੀ ਉਹੀ, ਜਿਹੜਾ ਸ਼ਹੀਦੀ ਪਾਉਂਦਾ ਉਹ ਸ਼ਹੀਦ ਹੈ, ਉਹਦੀ ਹੋਰ ਕੋਈ ਆਈਡੈਂਟੀ ਨਹੀਂ ਹੈ। ਉਹ ਖੇਤਰਵਾਦ ਦੇ ਵਿੱਚ ਝਲਝਾ ਕੇ ਮਾਲਵੇ ਨੂੰ ਥੋੜ੍ਹਾ ਜਿਹਾ ਪਿੱਛੇ ਕਰਤਾ ਇਹਨਾਂ ਨੇ, ਬਟ ਉਹ ਫਿਰ ਵੀ ਗੁਰੂ ਸਾਹਿਬ ਨੇ ਇਹਨਾਂ ਨੂੰ ਜਿਹੜਾ ਹੈ, 10ਵੇਂ ਪਾਤਸ਼ਾਹ ਨੇ ਇਹਨਾਂ ਨੂੰ ਆਪਦੇ ਜਿਹੜਾ ਹੈਗਾ ਜਫਰਨਾਮਾ ਦੇ ਵਿੱਚ ਲੈ ਕੇ ਆਉਂਦਾ ਹੈ, ਜਿਹਦੇ ਵਿੱਚ ਉਹਨੇ ਲਿਖਿਆ ਹਮੈ ਬਰਾੜ ਕੌਮ ਬਰਾਸ, ਉਹ ਉਹਨਾਂ ਨੇ ਜਫਰਨਾਮੇ ਦੇ ਵਿੱਚ ਉਹਨੂੰ ਡਿਪਿਕਟ ਕੀਤਾ ਹੈਗਾ। ਹਾਂਜੀ, ਉਹ ਇਸ ਕਰਕੇ ਉਹ ਲੁਕ ਨਹੀਂ ਸਕਦੀ ਚੀਜ਼। ਹਾਂਜੀ, ਤਾਂ ਸਿੱਧੂ ਸਾਹਿਬ ਇਹ ਜਿਹੜਾ ਖੋਜ ਦਾ ਕੰਮ ਹੈ ਬੜਾ ਕਠਿਨ ਕੰਮ ਹੈ, ਇਹੋ ਜਿਹੇ ਤਹਿਸੀਲਦਾਰ ਤੁਸੀਂ ਇਹ ਖੋਜ ਕਰ ਸਕੇ ਜਾਂ ਮਤਲਬ ਤੁਹਾਡੇ ਕੋਈ ਹੋਰ ਸੋਰਸਿਸ ਸੀਗੇ, ਤੁਸੀਂ ਇਹ ਸਾਰੇ ਡਾਕੂਮੈਂਟ ਕਿਸ ਤਰ੍ਹਾਂ ਲੈ ਕੇ ਆਏ? ਤਾਂ ਬੜਾ ਮੁਸ਼ਕਲ ਕੰਮ ਹੈ। ਐਜ ਤਹਿਸੀਲਦਾਰ ਮੈਨੂੰ ਬਹੁਤ ਹੈਲਪ ਮਿਲੀ ਹੈ, ਬਹੁਤ ਹੈਲਪ ਮਿਲੀ ਹੈ। ਕੁਛ ਚੀਜ਼ਾਂ ਤਾਂ ਜਦੋਂ ਮੈਂ ਪੱਤਰਕਾਰ ਹੁੰਦਾ ਸੀ, ਜਦੋਂ ਪੜ੍ਹਦਾ ਹੁੰਦਾ ਸੀ, ਲਾਇਬ੍ਰੇਰੀ ਦੇ ਨਾਲ ਅਟੈਚ ਸੀ, ਕਾਫੀ ਚੀਜ਼ਾਂ ਤਾਂ ਮੇਰੀਆਂ ਆਉਂਦੀਆਂ ਸੀਗੀਆਂ, ਬਟ ਉਹ ਇੱਕ ਸੀਮਿਤ ਖੇਤਰ ਸੀਗਾ ਜੀ। ਜਦੋਂ ਮੈਂ ਤਹਿਸੀਲਦਾਰ ਬਣ ਗਿਆ ਤੇ ਸਾਡੇ ਮਿਸਟਰ ਬੀ ਆਰ ਬਾਂਗਾ ਸੀ ਡਿਪਟੀ ਕਮਿਸ਼ਨਰ, ਹਾਂਜੀ, ਉਹ ਜਦੋਂ ਰਿਟਾਇਰ ਹੋਣ ਲੱਗੇ ਤੇ ਉਹਨਾਂ ਨੇ ਮੈਨੂੰ ਬੁਲਾਇਆ, ਮੇਰੇ ਤੇ ਚੰਗਾ ਮਾਣ ਕਰਦੇ ਸੀ, ਚੰਗੀ ਇੱਜ਼ਤ ਕਰਦੇ ਸੀ, ਕਿਉਂਕਿ ਮੈਂ ਡਿਸਟ੍ਰਿਕਟ ਦੇ ਵਿੱਚ ਪ੍ਰੈਜ਼ੀਡੈਂਟ ਅਵਾਰਡ ਵੀ ਮੈਨੂੰ ਮਿਲਿਆ ਸੀਗਾ, ਇਸਰੋ ਦਾ ਐਪਰੀਸੀਏਸ਼ਨ ਅਵਾਰਡ ਵੀ ਮੈਨੂੰ ਮਿਲਿਆ ਸੀਗਾ, ਉਸੇ ਦੇ ਉਹਦੇ ਟਾਈਮ ਦੇ ਵਿੱਚ ਹੀ ਮਿਲੇ ਇਹ ਦੋਨੇ ਅਵਾਰਡ ਜੀ। ਇੱਕ ਤਾਂ ਮਿਸਟਰ ਕੇ ਜੇ ਐਸ ਚੀਮਾ ਸੀਗਾ, ਉਹਦੇ ਟਾਈਮ ਦੇ ਵਿੱਚ ਰਿਕਮੈਂਡ ਹੋਇਆ ਤੇ ਬਾਅਦ ਦੇ ਵਿੱਚ ਮੈਨੂੰ ਮਿਲਿਆ ਉਹ, ਪਰ 2004 ਦੇ ਵਿੱਚ ਮਿਲਿਆ ਜਦੋਂ ਇਹ ਮਿਸਟਰ ਬੀ ਆਰ ਬਾਂਗਾ ਉੱਥੇ ਸੀ। ਇਸ ਕਰਕੇ ਇਹਨਾਂ ਨੇ ਫਿਰ ਮੈਨੂੰ ਬੁਲਾ ਕੇ 1-on-1 ਸਾਡੀ ਗੱਲਬਾਤ ਹੋਈ। ਹਾਂਜੀ, ਉਹ ਕਹਿੰਦੇ ਮੈਂ ਕੋਈ ਇਹੋ ਜਿਹਾ ਕੰਮ ਕਰਨਾ ਚਾਹੁੰਦਾ ਵੀ ਦੁਨੀਆ ਮੈਨੂੰ ਯਾਦ ਰੱਖੇ, ਹਾਂਜੀ, ਇਹ ਦੱਸੋ ਆਪਾਂ ਕੀ ਕਰੀਏ। ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਜਿਹੜੇ ਹੈਗੇ ਆ 18 ਮੁਕਤੇ ਮੁਕਤਿਆਂ ਬਾਰੇ ਮੇਰੇ ਕੋਲ ਜਾਣਕਾਰੀ ਹੈਗੀ ਹੈ, ਹਾਂਜੀ, ਆਪਾਂ ਜੇ ਟਰਾਈ ਕਰੀਏ, ਥੋੜੀ ਹੋਰ ਸਰਚ ਕਰੀਏ ਤਾਂ ਸ਼ਾਇਦ ਆਪਾਂ 40 ਮੁਕਤਿਆਂ ਤੱਕ ਪਹੁੰਚ ਜਾਈਏ। ਹਾਂਜੀ, ਹੁਣ ਤੀਕਰ ਤਾਂ ਮੈਂ ਕਿਹਾ ਅਸੀਂ ਅਰਦਾਸ ਦੇ ਵਿੱਚ ਹੀ ਪੜ੍ਹਦੇ ਹਾਂ, 40 ਮੁਕਤੇ ਜਿਹਨਾਂ ਹੱਠੀਆਂ ਤਪੀਆਂ ਜਪੀਆਂ ਇਹੀ ਪੜ੍ਹਦੇ ਹਾਂ, ਇਹਦੇ ਬਾਰੇ ਗਿਆਨ ਕਿਸੇ ਨੂੰ ਹੈ ਨੀ, ਨਾ ਸ਼੍ਰੋਮਣੀ ਕਮੇਟੀ ਨੇ ਜੇ ਕੋਈ ਕੰਮ ਕੀਤਾ। ਹਾਂਜੀ, ਉਹ ਮੈਨੂੰ ਕਹਿੰਦੇ ਵੀ ਐਂ ਕਰੋ ਫਿਰ ਕੈਰੀ ਓਨ, ਜਿੱਥੇ ਤੁਸੀਂ ਜਾਣਾ ਜਾਓ, ਬਗਦਾਦ ਤੀਕਰ ਜਿੱਥੇ ਵੀ ਜਾਣਾ ਕਹਿੰਦੇ ਤੁਸੀਂ ਜਾਓ ਰਿਸਰਚ ਕਰੋ। ਹਾਂਜੀ, ਤੇ ਮੈਨੂੰ ਬੜਾ ਟਾਈਮ ਨਹੀਂ ਸੀ ਮਿਲਦਾ, ਮੈਂ ਫਿਰ ਜਿਹੜਾ ਹਰਿਮੰਦਰ ਸਾਹਿਬ ਦੀ ਲਾਇਬ੍ਰੇਰੀ ਦੇ ਵਿੱਚ ਵੀ ਕਾਫੀ ਉੱਥੇ ਸਟੱਡੀ ਸਟੂਡੀ ਕੀਤਾ, ਜਾ ਕੇ ਲੱਭੀਆਂ ਕਿਤਾਬਾਂ ਕਿਤੂਬਾਂ, ਲੱਭਣ ਤੇ ਜ਼ਿਆਦਾ ਬਹੁਤ ਜ਼ਿਆਦਾ ਟਾਈਮ ਲੱਗਦਾ, ਫਿਰ ਲੱਭਣ ਦੇ ਵੇਲੇ ਤੁਹਾਨੂੰ ਸਾਰਾ ਕੁਛ ਇੱਕ ਥਾਂ ਤੇ ਨਹੀਂ ਮਿਲਦਾ। ਹਾਂਜੀ, ਤੁਸੀਂ ਜਾਣਕਾਰੀ ਜਿਹੜੀ ਤੁਹਾਨੂੰ ਚਾਹੀਦੀ ਹੁੰਦੀ ਆ ਕੋਈ ਕਿੱਥੋਂ ਲਓਗੇ, ਕੋਈ ਕਿੱਥੋਂ ਲਓਗੇ, ਕਿਉਂਕਿ ਉਹਨੂੰ ਕਲੈਕਟ ਤਾਂ ਤੁਸੀਂ ਕਰਨਾ, ਉਹਨੂੰ ਇੱਕ ਥਾਂ ਦੇ ਉੱਤੇ ਇਕੱਠਾ ਤਾਂ ਤੁਸੀਂ ਕਰਨਾ। ਉਹ ਫਿਰ ਚਲੋ ਮੈਨੂੰ 22 ਮੁਕਤੇ ਮੈਨੂੰ ਮਿਲ ਗਏ, ਇਸ ਤੋਂ ਬਾਅਦ ਕੋਈ ਜਾਣਕਾਰੀ ਮਿਲੀ ਨਾ, ਫਿਰ ਮੈਂ ਇਹਨਾਂ ਨਾਲ ਡੀ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਆਪਾਂ ਇਹ ਕਰੀਏ, ਜਿੰਨੇ ਵੀ ਇੱਥੇ ਮੁਕਤਸਰ ਦੀਆਂ ਸ਼ਖਸੀਅਤਾਂ ਹੈਗੀਆਂ ਵੱਡੀਆਂ, ਸਕੂਲਾਂ ਦੇ ਹੈਡਮਾਸਟਰ ਪ੍ਰਿੰਸੀਪਲ ਕਾਲਜਾਂ ਦੇ ਹੈਗੇ ਆ, ਯੂਨੀਵਰਸਿਟੀ ਵਾਲੇ ਹੈ, ਇਹਨਾਂ ਨੂੰ ਬੁਲਾਈਏ ਵੀ ਜੇ ਤੁਹਾਡੇ ਕੋਲ ਕੋਈ 40 ਮੁਕਤਿਆਂ ਬਾਰੇ ਹੈ ਤਾਂ ਦੱਸ ਦਿਓ। ਇਹਨਾਂ ਨੇ ਅਸੀਂ ਮੀਟਿੰਗ ਸੱਦ ਲਈ, ਨੈਕਸਟ ਡੇ ਵੀ ਮੀਟਿੰਗ ਸੱਦ ਲਈ, ਸਾਡੇ ਕੋਲ 200 ਬੰਦਾ ਇਕੱਠਾ ਹੋ ਗਿਆ, ਤੇ ਉਹਨਾਂ ਨੇ ਹੱਥ ਖੜੇ ਕਰਤੇ ਵੀ ਸਾਡੇ ਕੋਲ ਕੁਛ ਨੀ ਹੈ ਜੀ, ਇਹ ਜਿਹੜੇ ਆਪਣੇ ਅੱਜ ਕੱਲ੍ਹ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਆ, ਇਹ ਵੀ ਉੱਥੋਂ ਹੈਡ, ਉਦੋਂ ਹੈਡ ਗ੍ਰੰਥੀ ਹੁੰਦੇ ਸੀ ਉੱਥੇ, ਇਹ ਸਾਰੇ ਹੱਥ ਖੜੇ ਕਰ ਗਏ ਜੀ। ਤੇ ਇਹ ਹੈਡ ਗ੍ਰੰਥੀ ਵੈਸੇ ਇਹਨਾਂ ਨੂੰ ਕਾਫੀ ਨੌਲੇਜ ਸੀ, ਪਰ ਉਹ ਚੀਜ਼ ਨਹੀਂ ਸੀਗੀ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ, ਇਤਿਹਾਸਕ ਪੱਖ ਤੋਂ ਉਹ ਚੀਜ਼ਾਂ ਇਹਨਾਂ ਕੋਲੇ ਨਹੀਂ ਸੀ। ਠੀਕ ਹੈ, ਗੁਰਬਾਣੀ ਦਾ ਵਿਚਾਰ ਸੀ, ਹੋਰ ਕਾਫੀ ਮਿੱਠ ਬੋਲੜੇ ਸੀ, ਕਈ ਕੁਆਲਿਟੀਜ਼ ਇਹਨਾਂ ਦੇ ਵਿੱਚ ਸੀਗੀਆਂ, ਬਟ ਉਹ ਚੀਜ਼ ਨਹੀਂ ਸੀ ਜਿਹੜੀ ਸਾਨੂੰ ਇੱਕ ਬੁੱਕ ਦੇ ਦੀ ਰਾਈਟਿੰਗ ਦੇ ਤੌਰ ਤੇ ਸਾਨੂੰ ਕੋਈ ਮਦਦ ਮਿਲਦੀ। ਅਸੀਂ ਉਹ ਕਿਤਾਬ ਲਿਖੀ ਜੀ, ਫਿਰ ਕਿਤਾਬ ਲਿਖ ਕੇ ਤੇ ਮੈਂ ਜਦੋਂ
ਡੀ ਸਾਹਿਬ ਨੂੰ ਕਿਤਾਬ ਹੈਂਡਓਵਰ ਕੀਤੀ ਤੇ ਉਹਨਾਂ ਨੇ ਫਿਰ ਮਹਾਰਾਜੇ ਨਾਲ ਗੱਲ ਕੀਤੀ ਕੈਪਟਨ ਸਾਹਿਬ ਨਾਲ। ਉਹ ਕਹਿੰਦੇ ਦੇਖੋ ਜੀ ਵੀ ਮੁਕਤਸਰ ਦੇ ਵਿੱਚ ਆਹ ਚੀਜ਼ ਹੈਗੀ ਹੈ ਵੀ ਇਹ ਅਕਾਲੀਆਂ ਨੇ ਤਾਂ ਕੀਤਾ ਨੀ, ਤੁਸੀਂ ਮੋਹਰ ਲਾ ਦਿਓ ਇਹਨਾਂ ਤੇ। ਇਹਨਾਂ ਨੇ ਫਿਰ ਕਾਫੀ ਉਤਸਾਹਿਤ ਸੀਗੇ ਇਹ, ਉਹ ਕਹਿੰਦੇ ਵੀ ਮੁਕਤਸਰ ਵਾਸਤੇ ਫੰਡ ਮੰਗੋ, ਮੈਥੋਂ ਜਿੰਨੇ ਚਾਹੀਦੇ ਆ ਤੇ ਇਹ ਬੁੱਕ ਆਪਾਂ ਰਿਲੀਜ਼ ਕਰਾਂਗੇ ਛਪਵਾਓ। ਉਹ ਫਿਰ ਡੀ ਸਾਹਿਬ ਨੇ ਉਹ ਕਿਤਾਬ ਛਪਵਾਈ ਦੀ ਆਪਦੇ ਖਰਚੇ ਦੇ ਉੱਤੇ। ਅਸੀਂ ਪੰਜ ਪੰਜ ਕਿਤਾਬਾਂ ਹਰੇਕ ਸਕੂਲ ਨੂੰ ਦਿੱਤੀਆਂ ਮੁਕਤਸਰ ਦੇ ਨੂੰ ਤੇ ਇਹ ਫਿਰ ਜਿਹੜੀ ਸੀਗੀ ਜਦੋਂ ਇਹ ਰਿਲੀਜ਼ ਕੀਤੀ ਹੈ, ਰਿਲੀਜ਼ ਕਰਨ ਵੇਲੇ ਫਿਰ ਇਹਨੇ ਕੈਪਟਨ ਨੇ ਰਿਲੀਜ਼ ਕੀਤੀ ਇਹ। ਹਾਂਜੀ, ਮੈਂ ਸਿੱਧੀ ਜੀ ਗੱਲ ਹੈ ਮੈਂ ਸਟੇਜ ਤੇ ਨਹੀਂ ਗਿਆ ਕਿਉਂਕਿ ਸਟੇਜ ਦੇ ਉੱਤੇ ਐਂ ਜਾਪਦਾ ਸੀ ਜਿਵੇਂ ਸਾਰੀ ਇੱਕ ਪੋਲੀਟੀਕਲ ਪਾਰਟੀ ਦੀ ਸਟੇਜ ਹੈ, ਇਹ ਸਾਹਿਤਕ ਸਟੇਜ ਨਹੀਂ ਹੈ। ਉਹ ਚਲੋ ਮੇਰੀ ਬੁੱਕ ਰਿਲੀਜ਼ ਹੋ ਗਈ, ਰਿਲੀਜ਼ ਹੋ ਕੇ ਮੈਨੂੰ ਇਹ ਸਟੇਜ ਤੋਂ ਹਾਕਾ ਹੁੱਕਾ ਮਾਰਦੇ ਰਹੇ, ਮੈਂ ਨਹੀਂ ਗਿਆ ਕਿਉਂਕਿ ਮੈਂ ਪੋਲੀਟੀਕਲ ਛਾਂ ਦਾ ਸਹਾਰਾ ਕਿਤੇ ਲਿਆ ਹੀ ਨਹੀਂ ਸਾਰੀ ਜ਼ਿੰਦਗੀ ਚ। ਹਾਂਜੀ ਹਾਂਜੀ, ਤੇ ਉਹ ਫਿਰ ਉਸਦੇ ਵਿੱਚ 22 ਮੁਕਤੇ ਜਿਹੜੇ ਸੀਗੇ ਉਹ ਅਸੀਂ ਡਿਪਿਕਟ ਕਰ ਲਏ, 18 ਮੁਕਤਿਆਂ ਦਾ ਸਾਨੂੰ ਜਾਣਕਾਰੀ ਨਹੀਂ ਮਿਲਿਆ। ਅਖੀਰ ਚ ਉਹਦੀ ਲਾਈਨ ਉੱਥੇ ਤੱਕ ਜਾ ਵੜੀ ਵੀ ਇਹਨਾਂ ਤੋਂ ਜ਼ਿਆਦਾਤਰ ਦੀਆਂ ਫੈਮਿਲੀਜ਼ ਜਿਹੜੀਆਂ ਹੈਗੀਆਂ ਉਹ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਹੈਗੀਆਂ। ਅੱਛਾ, ਤੇ ਕੌਲੀ ਪਿੰਡ ਦੇ ਵਿੱਚ ਉਹ ਹੈਗੀਆਂ। ਉਹਨਾਂ ਨੂੰ ਵਿਚਾਰਿਆਂ ਨੂੰ ਹੁਣ ਕੀ ਪਤਾ ਉਹਨਾਂ ਦੇ ਵੱਡੇ ਵਡੇਰੇ ਕੀ ਸੀ, ਹੌਲੀ ਹੌਲੀ ਮੈਂ ਲੱਭ ਲੁੱਭ ਕੇ ਉਹਨਾਂ ਨਾਲ ਮੁਲਾਕਾਤ ਕੀਤੀ, ਬਟ ਉਹ ਚੰਗੀ ਕੰਡੀਸ਼ਨ ਦੇ ਵਿੱਚ ਨਹੀਂ ਸੀਗੇ ਸਾਰੀ ਜਿੰਨੇ ਵੀ ਮੈਂ ਦੇਖੇ। ਹਾਂਜੀ, ਤੇ ਇਸ ਤੋਂ ਇਲਾਵਾ ਜਿਹੜਾ ਇਹ ਜਿਹੜਾ ਸਕੂਲਾਂ ਨੂੰ ਵੀ ਅਸੀਂ ਇਹ ਕਿਤਾਬਾਂ ਦਿੱਤੀਆਂ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਇਤਿਹਾਸ ਦਾ। ਹਾਂਜੀ, ਜਿਹੜੇ ਅਜੇ ਤੱਕ ਇਤਿਹਾਸ ਦੇ ਵਿੱਚ ਲਿਆਂਦੇ ਨਹੀਂ ਸੀਗੇ ਇਹਨਾਂ ਨੇ, ਮੁਕਤਸਰ ਦੇ ਜੰਗ ਦੇ ਵਾਸਤੇ ਨਹੀਂ ਸੀ ਲਿਆਂਦੇ, ਬਾਬਾ ਦਾਨ ਸਿੰਘ ਵਿਰਾਟ ਸੀਗਾ, ਬਾਬਾ ਲੰਗਰ ਸਿੰਘ ਸੀਗਾ, ਉਹਨਾਂ ਨੂੰ ਮੈਂ ਸ਼ਾਮਿਲ ਕੀਤਾ। ਤੇ ਜਿਹੜੀ ਉੱਥੇ ਯਾਦਗਾਰ ਬਣਾਈ ਉਹਦੇ ਵਿੱਚ ਵੀ ਤੁਹਾਡਾ ਕਾਫੀ ਯੋਗਦਾਨ ਹੈ। ਯਾਦਗਾਰ ਦੇ ਵਿੱਚ ਪੂਰਾ ਮੇਰਾ ਉਹ ਸੀਗਾ ਜੀ, ਉਹ ਕਿਉਂਕਿ ਡੀਸੀ ਨੇ ਸਾਰੀਆਂ ਪਾਵਰ ਤੋਂ ਮੈਨੂੰ ਦੇ ਰੱਖੀਆਂ ਸੀ। ਉਹ ਕਹਿੰਦੇ ਵੀ ਤੁਸੀਂ ਦਿਮਾਗ 'ਚ ਸੋਚੋ ਕੀ ਚਾਹੀਦਾ ਕੀ ਕਰਨਾ। ਹਾਂਜੀ, ਅਸੀਂ ਸੋਚਿਆ ਜੀ ਫਿਰ ਵੀ ਇੱਥੇ ਇਹੋ ਜਿਹੀ ਚੀਜ਼ ਯਾਦਗਾਰ ਇਹੋ ਜਿਹੀ ਬਣਨੀ ਚਾਹੀਦੀ ਹੈ ਜਿਹਦੇ ਉੱਤੇ ਕੋਈ ਜਿਹੜੀ ਇੱਕ ਕਿਸਮ ਦੀ ਨਵੀਂ ਹੋਵੇ। ਫਿਰ ਉਹ ਬੈਠ ਕੇ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਇੱਥੇ ਗੁਰੂ ਸਾਹਿਬ ਨਾਲ ਦਸਵੇਂ ਪਾਤਸ਼ਾਹ ਨਾਲ ਸੰਬੰਧਿਤ ਇਹ ਜਗ੍ਹਾ ਹੈਗੀ ਹੈ ਤੇ ਖੰਡਾ ਅਜੇ ਤੱਕ ਕਿਤੇ ਹੈ ਨਹੀਂ ਖੰਡੇ ਦੀ ਯਾਦਗਾਰ। ਉਦੋਂ ਤੱਕ ਖੰਡੇ ਦੀ ਯਾਦਗਾਰ ਕਿਤੇ ਨਹੀਂ ਸੀ, ਖੰਡੇ ਦਾ ਕੋਈ ਨਹੀਂ ਸੀ ਬਣਿਆ ਹੋਇਆ ਡਿਜ਼ਾਇਨ। ਅਸੀਂ ਫਿਰ 40 ਕੜੇ ਉਹਦੇ ਵਿੱਚ ਪਾਏ ਤੇ ਇਹ 67.5 ਫੁੱਟ ਉੱਚਾ ਗਰਾਊਂਡ ਲੈਵਲ ਤੋਂ। ਹਾਂਜੀ, ਉਹ 40 ਕੜੇ ਪਾਏ ਅਸੀਂ 40 ਮੁਕਤਿਆਂ ਨੂੰ ਜਿਹੜੇ ਰਿਜ਼ੈਂਬਲ ਕਰਦੇ ਸੀ ਤੇ ਪਾਸੀ ਇਹਨਾਂ ਦੇ ਅਸੀਂ ਜਿਹੜੇ 5 ਕੰਧਾਂ ਜਿਹੜੀਆਂ ਸੀ ਥੋੜੀਆਂ ਜਿਹੀਆਂ ਦੂਰ ਦੂਰ ਉਹ ਸਾਰੀਆਂ ਉਹਦੇ ਵਿੱਚ ਅਸੀਂ ਜਿਹੜੇ ਸੀ ਇਹ 40 ਮੁਕਤਿਆਂ ਦੇ ਨਾਂ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਵਿੱਚ ਤੇ ਇਤਿਹਾਸ ਜਿਹੜਾ ਸੀਗਾ ਲੜਾਈ ਦਾ ਇਤਿਹਾਸ ਕੀ ਹੈ ਉਹ ਅਸੀਂ ਪੰਜਾਬੀ ਹਿੰਦੀ ਅੰਗਰੇਜ਼ੀ ਚ ਉਹ ਤਿੰਨੇ ਚੀਜ਼ਾਂ ਅਸੀਂ ਇੱਕ ਬੋਰਡ ਦੇ ਉੱਤੇ ਇਤਿਹਾਸ ਲਿਖਿਆ ਤੇ ਤਿੰਨਾਂ ਦੇ ਉੱਤੇ ਇਹਨਾਂ ਦੇ ਨਾਂ ਲਿਖੇ 40-40 ਮੁਕਤਿਆਂ ਤਾਂ ਕਿ ਹਰੇਕ ਲੈਂਗੁਏਜ ਵਾਲਾ ਪੜ੍ਹ ਸਕੇ, ਚਾਹੇ ਇੰਟਰਨੈਸ਼ਨਲ ਲੈਂਗੁਏਜ ਵਾਲਾ ਚਾਹੇ ਦੂਜਾ ਉਹ ਪੜ੍ਹ ਸਕੇ। ਹਾਂਜੀ, ਤੇ ਮੂਹਰਲੇ ਪਾਸੇ ਜਿਹੜਾ ਖਿਦਰਾਣਾ ਕਰ ਮੁਕਤਸਰ ਉਹ ਅਸੀਂ ਉਹਦਾ ਵਰਡਿੰਗ ਲਿਖੀ, ਗੁਰੂ ਸਾਹਿਬ ਦੇ ਜਿਹੜੇ ਬਚਨ ਸੀਗੇ ਉਹ ਅਸੀਂ ਲਿਖ ਕੇ ਤੇ ਉਹਦੀ ਦਿੱਖ ਅਸੀਂ ਬਣਾਈ ਤੇ ਥੱਲੇ ਵਾਲੇ ਪਾਸੇ ਸਾਡਾ ਇੱਕ ਛੋਟਾ ਤਲਾਅ ਅਸੀਂ ਰੱਖਿਆ ਤੇ ਉਹ ਤਲਾਅ ਅਸੀਂ ਇਸ ਰੱਖਿਆ, ਉਹ ਅਰਦਾਸ ਦੇ ਵਿੱਚ ਬੋਲਦੇ ਹਾਂ ਅਸੀਂ ਖਾਲਸੇ ਦਾ ਮਨ ਨੀਵਾਂ ਮਤ ਉੱਚੀ। ਮਨ ਨੀਵਾਂ ਜਿਹੜਾ ਹੈ ਮਨ ਸ਼ਾਂਤ ਤੇ ਨੀਵਾਂ ਜਿਹੜਾ ਹੈ ਉਹ ਤਲਾਅ ਰਿਜ਼ੈਂਬਲ ਕਰਦਾ ਹੈ, ਮਤ ਉੱਚੀ ਜਿਹੜਾ ਖੰਡੇ ਦੀ ਉੱਪਰਲੀ ਨੋਕ ਹੈਗੀ ਹੈ ਉਹ ਰਿਜ਼ੈਂਬਲ ਕਰਦੀ ਹੈ। ਹਾਂਜੀ, ਬਹੁਤ ਅੱਛਾ ਬਹੁਤ ਅੱਛਾ।